2019 ਲੋਕ ਸਭਾ ਚੋਣਾਂ ਤੋਂ ਪਹਿਲਾਂ ਅਕਾਲੀ ਦਲ ਨੇ ਇੱਕ ਵਾਰੀ ਮੁੜ ਤੋਂ ਹਰਿਆਣਾ ਦੇ ਵਿੱਚ ਸ਼ਕਤੀ ਪ੍ਰਦਰਸ਼ਨ ਕੀਤਾ। ਅੰਬਾਲਾ ਦੇ ਵਿੱਚ ਪਾਰਟੀ ਦੀ ਰੈਲੀ ਦੌਰਾਨ ਹਰਿਆਣਾ ਦੇ ਵੱਖ ਵੱਖ ਇਲਾਕਿਆਂ ਤੋਂ ਵੱਡੀ ਗਿਣਤੀ ਵਿੱਚ ਲੋਕ ਸ਼ਾਮਲ ਹੋਏ। ਇਸ ਸਾਲ ਅਕਾਲੀ ਦਲ ਦੀ ਹਰਿਆਣਾ ਵਿੱਚ ਹੋਈ ਇਹ ਪਹਿਲੀ ਰੈਲੀ ਸੀ ਜਿਸ ਦੇ ਵਿੱਚ ਲੋਕਾਂ ਦਾ ਭਾਰੀ ਹਜ਼ੂਮ ਵੇਖਣ ਨੂੰ ਮਿਲਿਆ। ਇਸ ਦੌਰਾਨ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਮੰਚ 'ਤੇ ਮੌਜੂਦ ਸੀ। ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਹਰਿਆਣਾ ਵਿੱਚ ਪੰਜਾਬੀਆਂ ਦੀ ਇੱਕਜੁੱਟਤਾ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਪੰਜਾਬੀ ਵੰਡੇ ਹੋਏ ਨੇ ਅਤੇ ਅਕਾਲੀ ਦਲ ਉਹਨਾਂ ਨੂੰ ਇੱਕ ਝੰਡੇ ਥੱਲੇ ਇੱਕਜੁੱਟ ਕਰਨਾ ਚਾਹੁੰਦਾ ਹੈ। ਸੁਖਬੀਰ ਸਿੰਘ ਬਾਦਲ ਨੇ ਇਸ ਦੌਰਾਨ ਸ਼੍ਰੋਮਣੀ ਅਕਾਲੀ ਦਲ ਦੇ ਮਾਣ ਮੱਤੇ ਪਿਛੋਕੜ ਦਾ ਜ਼ਿਕਰ ਕੀਤਾ। ਉਹਨਾਂ ਕਿਹਾ ਕਿ ਅਕਾਲੀ ਦਲ ਦੇਸ਼ ਦੀਆਂ ਸਭ ਤੋਂ ਪੁਰਾਣੀਆਂ ਪਾਰਟੀਆਂ ਦੇ ਵਿੱਚੋਂ ਇੱਕ ਹੈ ਜਿਸ ਦਾ ਇਤਿਹਾਸ ਕੁਰਬਾਨੀਆਂ ਦੇ ਨਾਲ ਭਰਿਆ ਹੋਇਆ। ਪੰਜਾਬੀਆਂ ਦੀ ਤਾਕਤ ਵੰਡੀ ਜਾਂਦੀ ਹੈ। ਅਸੀਂ ਪੰਜਾਬੀਆਂ ਨੂੰ ਇੱਕ ਝੰਡੇ ਥੱਲੇ ਇਕੱਠਾ ਕਰ ਰਹੇ ਹਾਂ ਕਿਉਂਕਿ ਇਹ ਜੀ ਤਾਕਤ ਹੈ, ਇਹ ਜੀ ਆਪਣੀ ਪਾਪੂਲੇਸ਼ਨ ਆਬਾਦੀ ਹੈ ਕਿ ਥੋੜ੍ਹੀ ਰਾਜ ਪੰਜਾਬੀ ਕਰ ਸਕਦੇ ਆ ਸਾਰੇ ਇੱਥੇ। ਸੋ ਇਸ ਕਰਕੇ ਅਤੇ ਨਾਲੇ ਜਿਹੜੀ ਸੋਚ ਸ਼੍ਰੋਮਣੀ ਅਕਾਲੀ ਦਲ ਦੀ ਹੈ, ਸਰਬੱਤ ਦੇ ਭਲੇ ਦੀ ਸੋਚ ਹੈ, ਸਾਰੇ ਧਰਮਾਂ ਦਾ ਸਤਿਕਾਰ ਕਰਨ ਵਾਲੀ ਪਾਰਟੀ ਹੈ। ਤੋ ਇਸ ਕਰਕੇ ਅਮਨ ਸ਼ਾਂਤੀ ਵਾਸਤੇ, ਹਰਿਆਣੀ ਤਰੱਕੀ ਵਾਸਤੇ ਅਸੀਂ ਚਾਹੁੰਦੇ ਅਕਾਲੀ ਦਲ। ਇਹ ਤੋਂ ਵੱਡੀ ਪੰਜਾਬ ਦੇ ਕਿਸਾਨਾਂ ਨੂੰ ਤਾਂ ਠੱਗੀ ਮਾਰ ਗਏ, ਕਹਿੰਦੇ ਸੀ 80,000 ਕਰੋੜ, ਦੇ ਤਾਂ 1600 ਕਰੋੜ। ਜੇ ਇਹੋ ਜਿਹੀ ਠੱਗੀ ਮਾਰਨੀ ਹੈ ਤਾਂ ਫਿਰ ਸ਼ਰਮ ਆਉਣੀ ਚਾਹੀਦੀ ਰਾਹੁਲ ਗਾਂਧੀ ਨੂੰ। ਸੁਖਬੀਰ ਸਿੰਘ ਬਾਦਲ ਨੇ ਰੈਲੀ ਦੇ ਦੌਰਾਨ ਕਾਂਗਰਸ ਦੀ ਕਰਜ਼ ਮਾਫ਼ੀ ਸਕੀਮ ਦੇ ਉੱਤੇ ਵੀ ਸਵਾਲ ਚੁੱਕੇ। ਉਹਨਾਂ ਕਿਹਾ ਕਿ ਰਾਹੁਲ ਗਾਂਧੀ ਦੀ ਕਾਂਗਰਸ ਨੇ ਕਰਜ਼ ਮਾਫ਼ੀ ਦੇ ਨਾਂ 'ਤੇ ਪੰਜਾਬ ਦੇ ਕਿਸਾਨਾਂ ਨਾਲ ਵੱਡੀ ਠੱਗੀ ਮਾਰੀ ਹੈ ਅਤੇ ਆਉਂਦੀਆਂ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਦੇ ਝੂਠੇ ਲਾਰਿਆਂ ਦੇ ਸਿਰ 'ਤੇ ਕਾਂਗਰਸ ਸੱਤਾ ਹਾਸਲ ਕਰਨਾ ਚਾਹੁੰਦੀ ਹੈ। ਕਹਿੰਦੇ ਸੀ 80,000 ਕਰੋੜ, ਦੇ ਤਾਂ 1600 ਕਰੋੜ। ਜੇ ਇਹੋ ਜਿਹੀ ਠੱਗੀ ਮਾਰਨੀ ਹੈ ਤਾਂ ਫਿਰ ਸ਼ਰਮ ਆਉਣੀ ਚਾਹੀਦੀ ਰਾਹੁਲ ਗਾਂਧੀ ਨੂੰ। ਹਰਿਆਣਾ ਵਿੱਚ ਅਕਾਲੀ ਦਲ ਦੇ ਆਪਣੇ ਪੱਧਰ 'ਤੇ ਹੀ ਚੋਣਾਂ ਲੜਦੇ ਕਿਆਸ ਲਾਏ ਜਾ ਰਹੇ ਨੇ, ਹਾਲਾਂਕਿ ਪਾਰਟੀ ਗੱਠਜੋੜ ਦੀਆਂ ਸੰਭਾਵਨਾਵਾਂ ਨੂੰ ਵੀ ਤਲਾਸ਼ ਕਰ ਰਹੀ ਹੈ। ਇਸ ਤੋਂ ਪਹਿਲਾਂ ਪਿਛਲੇ ਸਾਲ ਵੀ ਅਗਸਤ ਵਿੱਚ ਅਕਾਲੀ ਦਲ ਨੇ ਹਰਿਆਣਾ ਵਿੱਚ ਵੱਡਾ ਇਕੱਠ ਕੀਤਾ ਸੀ। ਅੰਬਾਲਾ ਤੋਂ ਵਿਨੀਤ ਕਪੂਰ ਦੀ ਰਿਪੋਰਟ, ਲਿਵਿੰਗ ਇੰਡੀਆ ਨਿਊਜ਼।